ਇਲਾਜ ਇਹਦਾ ਕਿਵੇਂ ਕੀਤਾ ਜਾ ਸਕਦਾ ਹੈ? ਟ੍ਰੀਟਮੈਂਟ ਜਿਹੜਾ ਤੁਸੀਂ ਦੱਸਦੇ ਹੋ, ਤੁਸੀਂ ਇਹਦੇ ਵਿੱਚ ਮਾਹਿਰਤਾ ਰੱਖਦੇ ਹੋ ਕਿ ਡਾਇਬਟੀਜ਼ ਦੇ ਜਿਹੜੇ ਕਈ ਮਰੀਜ਼ ਨੇ, ਮੈਂ ਸੁਣਿਆ ਕਿ ਤੁਸੀਂ ਠੀਕ ਕੀਤੇ ਨੇ ਔਰ ਡਾਇਟ ਦੇ ਨਾਲ ਠੀਕ ਕੀਤੇ ਨੇ, ਤੁਹਾਡੇ ਮੁਤਾਬਿਕ ਕੀ ਸਹੀ ਤਰੀਕਾ ਹੈ, ਕੀ ਟ੍ਰੀਟਮੈਂਟ ਹੈ ਜਿਹੜਾ ਡਾਇਬਟੀਜ਼ ਦੇ ਮਰੀਜ਼ਾਂ ਨੂੰ ਲੈਣਾ ਚਾਹੀਦਾ ਹੈ? हाँ, इस दुनिया में किसी भी प्रॉब्लम का सोल्यूशन कढ़ना होवे या कोई भी चीज ठीक करनी होवे तो सानू समझना पैंदा है कि एग्जैक्ट कॉज की है, कारण की है प्रॉब्लम दा, प्रॉब्लम आई क्यों रही है। तो जिवें आपां गल कीती सी डायबिटीज टाइप 2 इज अ लाइफस्टाइल डिसऑर्डर, लाइफस्टाइल नाल साडे जुड़िया होया है, साडे लाइफस्टाइल विच अगर कितें कमी हैगी ते लाइफस्टाइल दे विचों ही उसनों ठीक करना पएगा। हुण अपनी लाइफस्टाइल विच, अपनी डाइट विच की करेक्शंस करना हैगी कि जिस नाल साडी बॉडी दे उत्ते लोड घट पवे ते शुगर चंगी तरह मेटाबोलाइज हो जाए। ਅਸੀਂ ਆਪਣੇ ਬਹੁਤ ਸਾਰੇ ਸੈਂਕੜੇ ਪੇਸ਼ੈਂਟ ਸਾਡੇ ਦੁਨੀਆ ਭਰ ਹੈਗੇ, ਉਹਨਾਂ ਦੇ ਉੱਤੇ ਆਪਾਂ ਫੂਡ ਐਜ਼ ਮੈਡੀਸਨ ਯਾਨੀ ਭੋਜਨ ਹੀ ਦਵਾ ਦਾ ਰੂਪ ਵਿੱਚ ਆਪਾਂ ਯੂਜ਼ ਕਰਕੇ ਉਹਨਾਂ ਨੂੰ ਠੀਕ ਕੀਤਾ ਹੈਗਾ। ਔਰ ਕਿਵੇਂ ਕੀਤਾ ਹੈਗਾ, ਦੇਖੋ ਸਾਡੀ ਫੂਡ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ, ਇੱਕ ਉਹ ਨੇ ਜੇ ਡਾਇਬਿਟੀਜ਼ ਦੇ ਲੈਵਲ ਨੂੰ ਵਧਾਉਂਦੀਆਂ ਨੇ, ਸ਼ੂਗਰ ਨੂੰ ਵਧਾਉਂਦੀਆਂ ਨੇ, ਬਿਮਾਰੀਆਂ ਨੂੰ ਵਧਾਉਂਦੀਆਂ ਨੇ, ਇੱਕ ਉਹ ਚੀਜ਼ਾਂ ਨੇ ਜਿਹੜੀ ਸ਼ੂਗਰ ਨੂੰ ਕੰਟਰੋਲ ਕਰਦੀਆਂ ਨੇ ਔਰ ਆਸਾਨੀ ਨਾਲ ਪਚਦੀਆਂ ਨੇ, ਡਾਈਜੈਸਟ ਹੁੰਦੀਆਂ ਨੇ। ਸੋ ਜੇ ਆਪਾਂ ਆਪਣੀ ਡਾਈਟ ਵਿੱਚ ਉਹ ਚੀਜ਼ਾਂ ਸ਼ਾਮਿਲ ਕਰ ਲਈਏ ਜਿਹੜੀ ਆਸਾਨੀ ਨਾਲ ਡਾਈਜੈਸਟ ਹੁੰਦੀਆਂ ਨੇ, ਸ਼ੂਗਰ ਨੂੰ ਕੰਟਰੋਲ ਕਰਦੀਆਂ ਨੇ, ਅਤੇ ਉਹ ਚੀਜ਼ਾਂ ਛੱਡ ਦਈਏ ਜਿਹੜੀ ਸ਼ੂਗਰ ਨੂੰ ਅਚਾਨਕ ਸ਼ੂਟ ਅਪ ਕਰਦੀ ਹੈ, ਦੈਨ ਵੀ ਕੈਨ ਗੈਟ ਰਿਡ ਆਫ ਡਾਇਬਟੀਜ਼ ਟਾਈਪ 2 ਇਨ ਅ ਪੀਰੀਅਡ ਆਫ 3 to 6 months, 3 to 6 months ਪ੍ਰੋਪਰਲੀ ਕੋਈ ਫੋਲੋ ਕਰੇ ਤਾਂ ਠੀਕ ਹੋ ਸਕਦਾ ਹੈ। ਹਾਂ ਜੀ ਬਿਲਕੁਲ, ਆਪਾਂ ਡਾਇਟ ਦੱਸ ਸਕਦੇ ਹਾਂ, ਇੱਕ ਜਨਰਲ ਡਾਇਟ ਪਲਾਨ ਦੱਸ ਸਕਦੇ ਹਾਂ। ਯੂਜਲੀ ਕੀ ਹੁੰਦਾ ਹੈ, ਹਰ ਪੇਸ਼ੈਂਟ ਦੀ ਨੀਡ ਵੱਖਰੀ ਹੁੰਦੀ ਹੈ, ਉਹਨੂੰ ਫੋਲੋ ਕਰ ਸਕਦਾ ਹੈ ਆਪਣੇ ਡਾਕਟਰ ਦੀ ਸਲਾਹ ਨਾਲ, ਉਹ ਮੈਂ ਇਸ ਅੱਜ ਸ਼ੋਅ ਵਿੱਚ ਤੁਹਾਨੂੰ ਦੱਸਣ ਲੱਗਿਆ ਹੈਗਾ। ਦੈਟ ਇਜ਼ ਅ ਸਟਾਰਟਿੰਗ ਬੇਸ ਬਣ ਸਕਦਾ ਹੈ ਜੋ ਤੁਹਾਡੇ। ਸੋ ਉਸ ਵਿੱਚ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਯਾਦ ਰੱਖੀਏ, ਸਵੇਰੇ ਉੱਠ ਕੇ ਆਪਾਂ ਨੂੰ ਚਾਹ ਜਾਂ ਫਿਰ ਕੋਈ ਕੋਲਡ ਡਰਿੰਕ ਜਾਂ ਕੋਈ ਕਾਫੀ ਇਹ ਸਭ ਚੀਜ਼ਾਂ ਲੈਣ ਤੋਂ ਬਜਾਏ ਸਾਨੂੰ ਇੱਕ ਡੀਟੌਕਸ ਡਰਿੰਕ ਪੀਣੀ ਚਾਹੀਦੀ ਹੈ, ਉਹ ਡਰਿੰਕ ਜਿਹੜੀ ਸਾਡੇ ਸਰੀਰ ਨੂੰ ਅੰਦਰੋਂ ਸਾਫ਼ ਕਰੇ। ਔਰ ਸਭ ਤੋਂ ਵਧੀਆ ਸਫਾਈ ਕਰਨ ਵਾਸਤੇ ਕੁਝ ਡਰਿੰਕਸ ਜੋ ਮੈਂ ਦੱਸ ਸਕਦਾ ਹਾਂ ਉਹ ਹੈਗੀਆਂ ਨੇ, ਸਾਡੇ ਕੋਲ ਖੀਰੇ ਦਾ ਜੂਸ ਹੋ ਸਕਦਾ ਹੈਗਾ, ਪਾਲਕ ਦਾ ਜੂਸ ਹੋ ਸਕਦਾ ਹੈਗਾ, ਕਰੇਲੇ ਦਾ ਵੀ ਜੂਸ ਹੋ ਸਕਦਾ ਹੈ, ਲੇਕਿਨ ਕਰੇਲੇ ਦਾ ਜੂਸ ਡੇਲੀ ਨਹੀਂ ਪੀਣਾ, ਇੱਕ ਦਿਨ ਪੀਤਾ ਅਗਲੇ ਦਿਨ ਕੋਈ ਖੀਰੇ ਦਾ ਪੀਤਾ ਫਿਰ ਅਗਲੇ ਦਿਨ ਕਰੇਲੇ ਦਾ ਪੀਤਾ, ਇਸ ਤਰ੍ਹਾਂ ਬਦਲ ਬਦਲ ਕੇ ਪੀਤਾ ਜਾ ਸਕਦਾ ਹੈ। ਪਰ ਅਗਰ ਕਿ ਖੀਰੇ ਬੜੇ ਪਾਲਕ ਦਾ ਔਖੇ ਵੀ ਔਖੇ ਜੂਸ, ਬੜੇ ਬੇਸਵਾਦ ਦੇ ਜੂਸ ਦੱਸ ਰਹੇ ਹੋ ਤੁਸੀਂ ਪੀਣ ਲਈ। ਹਾਂ, ਸੋ ਇਹਦੇ ਵਿੱਚ ਮੈਂ ਕਹਿੰਦਾ ਕਿ ਤੁਸੀਂ ਕਰੇਲੇ ਦਾ ਨਾ ਵੀ ਪੀਓ, ਤੁਸੀਂ ਖੀਰੇ ਦੇ ਪਾਲਕ ਦਾ ਜੂਸ ਬਣਾਓ, ਉਹਦੇ ਵਿੱਚ ਥੋੜਾ ਜਿਹਾ ਟੁਕੜਾ ਪਾਓ ਸੇਬ ਦਾ ਤੇ ਥੋੜਾ ਜਿਹਾ ਵਿੱਚ ਨਿੰਬੂ ਪਾ ਲਵੋ, ਤੁਸੀਂ ਅਗਰ ਇਹ ਚੀਜ਼ਾਂ ਪਾ ਲਓਗੇ ਤੇ ਬੜਾ ਸਵਾਦ ਬਣ ਜਾਏਗਾ ਤੇ ਉਹਨੂੰ ਪੀਓਗੇ ਤੇ ਬੜਾ ਵਧੀਆ ਲੱਗੇਗਾ, ਕਿਉਂਕਿ ਸੇਬ ਦੇ ਨਾਲ ਉਹਦੇ ਵਿੱਚ ਟੇਸਟ ਬਣ ਜਾਂਦਾ ਹੈ। ਅਗਰ ਇਹ ਨਹੀਂ ਤਾਂ ਸਫੇਦ ਪੇਠੇ ਦਾ ਜੂਸ ਜਿਹੜਾ ਹੈਗਾ ਨਾ, ਸਫੇਦ ਪੇਠੇ ਦਾ ਅੰਦਰੋਂ ਜਿਹੜਾ ਜੂਸ ਕੱਢਦਾ ਹੁੰਦਾ ਹੈ, ਉਹ ਮਤਲਬ ਛਿਲਕੇ ਕੱਢ ਕੇ ਉਹਦੇ ਵਿੱਚੋਂ ਬੀਜ ਬਾਹਰ ਕੱਢ ਕੇ ਤੇ ਜਿਹੜਾ ਬਾਕੀ ਚੀਜ਼ਾਂ ਬਚੀਆਂ ਨੇ ਉਹਦਾ ਉਹ ਜੂਸ ਬਣਾ ਕੇ ਉਹ ਛਾਣ ਕੇ ਉਹ ਪੀਣਾ ਹੁੰਦਾ ਹੈ, ਉਹ ਵੀ ਬਹੁਤ ਵਧੀਆ ਅੰਦਰੋਂ ਚੰਗੀ ਸਰੀਰ ਦੀ ਸਫਾਈ ਕਰਦਾ ਹੈ। ਅਗਰ ਦੋਵੇਂ ਚੀਜ਼ਾਂ ਨਹੀਂ ਮਿਲਦੀਆਂ ਤੇ ਫਿਰ ਨਾਰੀਅਲ, ਪੰਜਾਬ ਦੇ ਵਿੱਚ ਜਾਂ ਆਪਾਂ ਦੇਖ ਲਈਏ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੇਠੇ ਨੂੰ ਜਿਹੜਾ ਹੈਗਾ ਅਲੱਗ ਅਲੱਗ ਤਰੀਕੇ ਦੇ ਨਾਲ ਮੰਨਿਆ ਜਾਂਦਾ, ਕੋਈ ਕੱਦੂ ਨੂੰ ਪੇਠਾ ਕਹਿੰਦਾ, ਕੋਈ ਪੇਠੇ ਨੂੰ ਪੇਠਾ ਕਹਿੰਦਾ, ਸੋ ਤੁਸੀਂ ਥੋੜਾ ਜਿਹਾ ਦੱਸ ਦਿਓ ਵੀ ਇਹ ਪੇਠਾ ਕਿਹੜਾ, ਲੌਕੀ ਦਾ ਜੂਸ ਹੁੰਦਾ ਜਿਹੜਾ ਉਹ ਕਹਿ ਰਹੇ ਆਪਾਂ? ਲੌਕੀ ਲੌਕੀ ਤਾਂ ਬਿਟ ਆਪਣਾ ਬੋਟਲ ਗਾਰਡ ਹੈ, ਲੌਕੀ ਦਾ ਜੂਸ ਵੱਖਰਾ ਹੈਗਾ। ਵੈਸੇ ਲੌਕੀ ਦਾ ਜੂਸ ਵੀ ਪੀਤਾ ਜਾ ਸਕਦਾ ਹੈ, ਉਹ ਵੀ ਵਧੀਆ ਹੁੰਦਾ ਹੈ, ਮੈਂ ਗੱਲ ਕਰ ਰਿਹਾ ਐਸ਼ ਗਾਰਡ ਦੀ। ਐਸ਼ ਗਾਰਡ ਵਿੰਟਰ ਮੈਲਨ ਜੋ ਬਾਹਰ ਤੋਂ ਹਰਾ ਹੁੰਦਾ ਹੈ ਅੰਦਰੋਂ ਸਫੇਦ ਹੁੰਦਾ ਹੈ ਤੇ ਵੱਡੇ ਵੱਡੇ ਵਾਈਟ ਕਲਰ ਦੇ ਉਹਦੇ ਵਿੱਚ ਬੀਜ ਹੁੰਦੇ ਨੇ। ਸੋ ਬਾਹਰ ਦਾ ਹਰਾ ਛਿਲਕਾ ਕੱਢਣਾ ਹੈ, ਬੀਜ ਕੱਢ ਦੇਣੇ ਨੇ, ਸਿਰਫ ਅੰਦਰ ਦਾ ਜਿਹੜਾ ਵਾਈਟ ਪੋਰਸ਼ਨ ਹੈ ਉਹਦਾ ਜੂਸ ਬਣਾ ਕੇ ਅਸੀਂ ਸਵੇਰੇ ਸਵੇਰੇ ਖਾਲੀ ਪੇਟ ਪੀਣਾ ਹੈਗਾ। ਅਗਰ ਇਹ ਵੀ ਨਹੀਂ ਮਿਲਦਾ ਔਰ ਨਾ ਸਾਨੂੰ ਪਾਲਕ ਖੀਰਾ ਮਿਲ ਰਿਹਾ ਹੈ ਤੇ ਅਸੀਂ ਨਾਰੀਅਲ ਪਾਣੀ ਵੀ ਪੀ ਸਕਦੇ ਹਾਂ। ਠੀਕ ਹੈ, ਠੀਕ ਹੈ। ਸੋ ਡਾਕਟਰ ਸਾਹਿਬ, ਕੱਲੇ ਡਰਿੰਕ ਜਿਹੜੇ ਦੱਸੇ ਨੇ ਤੁਸੀਂ, ਹੋਰ ਵੀ ਕੋਈ ਡਾਈਟ ਹੈ ਜਿਹੜੀ ਖਾਣ ਦੇ ਵਿੱਚ ਆ ਸਕਦੀ ਹੈ, ਜਿਹੜੀ ਲਈ ਜਾ ਸਕਦੀ ਹੈ? ਹਾਂ, ਇਹ ਸਭ ਤੋਂ ਪਹਿਲਾਂ ਜਿਹੜੀ ਡਰਿੰਕ ਹੈਗੀ ਹੈ 8:30 ਦੇ ਆਸ-ਪਾਸ ਸਵੇਰੇ ਲਈ ਜਾ ਸਕਦੀ ਹੈ, ਉਸ ਤੋਂ ਬਾਅਦ 1.5-2 ਘੰਟਾ ਠਹਿਰ ਕੇ, ਕਿਉਂਕਿ 1.5-2 ਘੰਟੇ ਦਾ ਟਾਈਮ ਚਾਹੀਦਾ ਹੈ ਉਸ ਜੂਸ ਨੂੰ ਅੰਦਰ ਜਾ ਕੇ ਸਫਾਈ ਕਰਨ ਦਾ। ਫਿਰ ਉਸ ਤੋਂ ਬਾਅਦ 10 ਵਜੇ ਦੇ ਆਸ-ਪਾਸ ਜਾਂ 9:30 ਵਜੇ ਦੇ ਆਸ-ਪਾਸ ਤੁਸੀਂ ਆਪਣਾ ਪਹਿਲਾ ਮੀਲ ਆਫ ਦਾ ਡੇ ਲੈ ਸਕਦੇ ਹੋ, ਪਹਿਲਾ ਭੋਜਨ ਲੈ ਸਕਦੇ ਹੋ, ਔਰ ਦੈਟ ਵਿਲ ਬੀ ਫਰੂਟਸ। ਹਾਂ, ਕੋਈ ਵੀ ਫਰੂਟ ਲੈ ਸਕਦੇ ਹੋ, ਅੰਬ ਵੀ ਲੈ ਸਕਦੇ ਹੋ, ਚੀਕੂ ਵੀ ਲੈ ਸਕਦੇ ਹੋ, ਕੇਲਾ ਵੀ ਲੈ ਸਕਦੇ ਹੋ, ਸੰਤਰੇ, ਪਾਈਨਐਪਲ, ਜੋ ਵੀ ਤੁਹਾਨੂੰ ਪਸੰਦ ਹੈ, ਜੋ ਵੀ ਸੀਜ਼ਨਲ ਹੈ, ਜੋ ਵੀ ਸਸਤਾ ਹੈ, ਜੋ ਤੁਸੀਂ ਖੁਸ਼ੀ ਨਾਲ ਖਾ ਸਕਦੇ ਹੋ, ਉਹ ਫਰੂਟ ਲੈਣਾ ਹੈ। ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕੁਆਂਟਿਟੀ ਬੜੀ ਜ਼ਰੂਰੀ ਹੈ, ਕਿ ਕਿੰਨੀ ਕੁਆਂਟਿਟੀ ਲੈ ਰਹੇ ਹੋ। ਜਿੰਨਾ ਤੁਹਾਡਾ ਬੋਡੀ ਵੇਟ ਹੈ, ਬੋਡੀ ਵੇਟ ਮੰਨ ਲਓ ਕਿ ਮੇਰਾ 70 ਕਿਲੋ ਹੈ, ਤੇ 70 × 10 700 ਗ੍ਰਾਮਸ, ਅੱਗੇ ਗ੍ਰਾਮ ਲਾ ਦੋ 700 ਗ੍ਰਾਮ, ਤਾਂ 700 ਗ੍ਰਾਮ ਦੇ ਆਸ ਪਾਸ ਤੁਸੀਂ ਫਰੂਟ ਖਾਣਾ ਹੀ ਖਾਣਾ ਹੈਗਾ। ਅਗਰ 700 ਗ੍ਰਾਮ ਤੱਕ ਖਾ ਲੋਗੇ ਤੇ ਵਧੀਆ ਕੰਮ ਕਰੇਗਾ, ਸਰੀਰ ਨੂੰ ਸਾਫ਼ ਕਰਨ ਵਿੱਚ ਕਰੇਗਾ ਕੰਮ। ਲੇਕਿਨ ਅਗਰ ਥੋੜਾ ਜਿਹਾ ਹੀ ਖਾਓਗੇ ਕਿ ਇੱਕ ਫਰੂਟ ਖਾ ਲਿਆ, ਦੋ ਫਰੂਟ ਖਾ ਲਏ, ਤੇ ਉਹ ਪੇਟ ਭਰਨ ਦਾ ਥੋੜਾ ਜਿਹਾ ਕੰਮ ਕਰ ਸਕਦਾ ਹੈ, ਲੇਕਿਨ ਬਹੁਤ ਜ਼ਿਆਦਾ ਠੀਕ ਕਰਨ ਦਾ ਕੰਮ ਨਹੀਂ ਕਰੇਗਾ। ਸੋ ਇਸ ਕਰਕੇ ਆਪਣਾ ਰੱਜ ਕੇ ਖਾਓ, ਬੋਡੀ ਵੇਟ ਦੇ ਹਿਸਾਬ ਨਾਲ ਖਾਓ।
ਜੀ ਸੋ ਡਾਕਟਰ ਸਾਹਿਬ ਜਿਵੇਂ ਆਮ ਤੌਰ ਤੇ ਮੈਂ ਵੀ ਸੁਣਿਆ ਹੈ ਕਈ ਘਰਾਂ ਦੇ ਵਿੱਚ ਗੱਲ ਕਰਦੇ ਹੋਏ ਕਿ ਜੇ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਮਿੱਠਾ ਫਰੂਟ ਤਾਂ ਸਾਰੇ ਮਿੱਠੇ ਹੁੰਦੇ ਨੇ ਕਿ ਇਹ ਫਰੂਟ ਵੀ ਨਹੀਂ ਖਾਣਾ ਇਹ ਵੀ ਨਹੀਂ ਖਾਣਾ ਮਤਲਬ ਕਿ ਫਰੂਟ ਖਾਣ ਦੇ ਨਾਲ ਡਾਇਬੀਟੀਜ਼ ਦਾ ਕੋਈ ਬਹੁਤਾ ਜਿਹੜਾ ਸੰਬੰਧ ਨਹੀਂ ਹੈ ਮਤਲਬ ਡਾਇਬੀਟੀਜ਼ ਵਾਲੇ ਬੰਦੇ ਨੂੰ ਫਰੂਟ ਨਾਲ ਕੋਈ ਖਤਰਾ ਨਹੀਂ ਹੈ ਬਿਲਕੁਲ ਕੋਈ ਖਤਰਾ ਨਹੀਂ ਹੈਗਾ। ਦਿਸ ਇਜ਼ ਰਾਈਟ, ਡਾਇਬੀਟੀਜ਼ ਪੇਸ਼ੈਂਟਸ ਫਰੂਟ ਖਾ ਸਕਦੇ ਨੇ, ਸਾਡੇ ਸਾਰੇ ਹੀ ਡਾਇਬੀਟੀਜ਼ ਪੇਸ਼ੈਂਟਸ ਫਰੂਟਸ ਖਾਂਦੇ ਨੇ। ਜਿਹੜਾ ਫਰੂਟ ਖਾਣਾ ਚਾਹੁੰਦੇ ਆ ਉਹ ਫਰੂਟ ਖਾਂਦੇ ਨੇ, ਅੰਬ ਖਾਣਾ ਚਾਹੁੰਦੇ ਅੰਬ ਵੀ ਖਾਂਦੇ ਆ, ਚੀਕੂ ਵੀ ਖਾਂਦੇ ਨੇ, ਕੋਈ ਉਹਦਾ ਨੁਕਸਾਨ ਨਹੀਂ ਹੈਗਾ। ਹੁੰਦਾ ਕੀ ਹੈ, ਲੋਕਾਂ ਨੂੰ ਲੱਗਦਾ ਹੈ ਕਿ ਫਰੂਟਸ ਤਾਂ ਮਿੱਠੇ ਹੁੰਦੇ ਨੇ ਤੇ ਮਿੱਠੇ ਹੋਣ ਕਰਕੇ ਸਾਡੇ ਨੂੰ ਡਾਇਬੀਟੀਜ਼ ਵਿੱਚ ਦਿੱਕਤ ਆ ਸਕਦੀ ਹੈ। ਦੇਖੋ ਮਿੱਠਾ ਵੀ ਨਾ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਮਿੱਠਾ ਹੁੰਦਾ ਨੈਚੁਰਲ ਸ਼ੂਗਰ, ਦੂਜਾ ਜਿਹੜਾ ਹੁੰਦਾ ਹੈ ਇਨ ਨੈਚੁਰਲ ਰਿਫਾਈਂਡ ਸ਼ੂਗਰ, ਰਿਫਾਈਂਡ ਸ਼ੂਗਰ ਜਿਹਨੂੰ ਹੁਣ ਮੰਨ ਲਓ ਚੀਨੀ ਹੋ ਗਈ, ਚਾਕਲੇਟ ਹੋ ਗਈ, ਜਾਂ ਫਿਰ ਕੋਈ ਵੀ ਚੀਜ਼ ਜਿਹੜੀ ਮਾਰਕੀਟ ਵਿੱਚੋਂ ਰਿਫਾਈਨ ਕਰਕੇ ਚੀਨੀ ਨਾਲ ਬ੍ਰਾਊਨ ਸ਼ੂਗਰ ਹੋ ਗਈ ਜਾਂ ਕੋਈ ਵੀ ਜਿਹੜੀ ਰਿਫਾਈਨਡ ਹੈਗੀ ਉਹ ਦੋਨੋਂ ਨੁਕਸਾਨ ਕਰੇਗੀ, ਉਹ ਸ਼ੂਗਰ ਨੁਕਸਾਨ ਕਰੇਗੀ। ਲੇਕਿਨ ਜਿਹੜੀ ਸ਼ੂਗਰ ਠੀਕ ਨੈਚੁਰਲ ਹੈ ਹੈ, ਜਿਵੇਂ ਕਿ ਫਰੂਟਸ ਹੋ ਗਏ, ਜਿਵੇਂ ਕਿ ਗੁੜ ਹੋ ਗਿਆ, ਸ਼ੱਕਰ ਹੋ ਗਈ, ਦੇਸੀ ਖੰਡ ਹੋ ਗਈ, ਜਾਂ ਫਿਰ ਇਸ ਤੋਂ ਇਲਾਵਾ ਜਿਹੜਾ ਆਪਣਾ ਉਹ ਹੁੰਦੀ ਹੈ ਕੀ ਕਹਿੰਦੇ ਉਹਨੂੰ, ਖਜੂਰ ਹੋ ਗਈ, ਕਿਸ਼ਮਿਸ਼ ਹੋ ਗਈ, ਇਹਨਾਂ ਵਿੱਚ ਜਿਹੜਾ ਮਿੱਠਾ ਹੈਗਾ ਇਹ ਸਾਡੇ ਵਾਸਤੇ ਫਾਇਦੇਮੰਦ ਹੈਗਾ ਤੇ ਸਾਨੂੰ ਫਾਇਦਾ ਕਰੇਗਾ। ਇੱਕ ਔਰ ਕੁਦਰਤੀ ਦੂਜੀ ਗੱਲ, ਫਰੂਟਸ ਨਾਲ ਕੀ ਜੀ ਹੁੰਦਾ ਹੈ, ਫਰੂਟਸ ਵਿੱਚ ਨਾ ਲਿਵਿੰਗ ਐਨਜ਼ਾਈਮਸ ਹੁੰਦੇ ਨੇ ਪਲੱਸ ਫਾਈਬਰ ਹੁੰਦਾ ਹੈ। ਜਦ ਤੁਸੀਂ ਫਰੂਟਸ ਨੂੰ ਖਾਂਦੇ ਹੋ ਤੇ ਉਹ ਲਿਵਿੰਗ ਐਨਜ਼ਾਈਮਸ ਐਂਡ ਫਾਈਬਰ ਇਸ ਤਰ੍ਹਾਂ ਵਰਕ ਕਰਦੇ ਨੇ ਕਿ ਸ਼ੂਗਰ ਅਚਾਨਕ ਤੋਂ ਸ਼ੂਟ ਅਪ ਬਹੁਤ ਜ਼ਿਆਦਾ ਨਾ ਹੋਵੇ, ਕੰਟਰੋਲ ਲੈਵਲ ਵਿੱਚ ਹੀ ਰਵੇ। ਲੇਕਿਨ ਅਗਰ ਚਾਕਲੇਟ ਲਓਗੇ, ਚੀਨੀ ਖਾਓਗੇ ਜਾਂ ਕੋਲਡ ਕਾਫੀਆਂ ਪੀਓਗੇ, ਉਹ ਤੁਹਾਨੂੰ ਸ਼ੂਗਰ ਸ਼ੂਟ ਅਪ ਕਰੇਗੀ ਔਰ ਉਹ ਤੁਹਾਡੇ ਵਾਸਤੇ ਮਾੜਾ ਹੈ। ਇੱਥੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਹਾਂ ਕਿ ਸਿਰਫ ਮਿੱਠੀ ਚੀਜ਼ਾਂ ਨਹੀਂ ਮਾੜੀ ਹੈਗੀ ਡਾਇਬੀਟੀਜ਼ ਵਿੱਚ, ਤਲੀ ਪੁਨੀ ਨਮਕੀਨ ਚੀਜ਼ਾਂ ਵੀ, ਉਹ ਵੀ ਮਾੜੀਆਂ ਨੇ, ਉਹ ਵੀ ਤੁਹਾਨੂੰ ਛੱਡਣੀਆਂ ਪੈਣਗੀਆਂ ਤਾਂ ਡਾਇਬੀਟੀਜ਼ ਤੋਂ ਕੁਝ ਰਾਹਤ ਮਿਲੇਗੀ। ਜੀ ਬਿਲਕੁਲ ਡਾਕਟਰ ਸਾਹਿਬ, ਇਹੀ ਮੇਰਾ ਅਗਲਾ ਸਵਾਲ ਇਹੀ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਖਤੀ ਦੇ ਨਾਲ ਮਨਾ ਕਰਦੇ ਹੋ ਕਿ ਡਾਇਬੀਟੀਜ਼ ਦੇ ਮਰੀਜ਼ ਨੂੰ ਨਹੀਂ ਖਾਣੀਆਂ ਚਾਹੀਦੀਆਂ। ਆ ਕੁਝ ਚੀਜ਼ਾਂ ਤਾਂ ਤੁਸੀਂ ਦੱਸ ਦਿੱਤੀਆਂ ਨੇ, ਹੋਰ ਵੀ ਕੁਝ ਹੈ ਜਿਹੜਾ ਖਾਣ ਤੋਂ ਮਨਾ ਕਰਨਾ ਹੈ? ਹਾਂ, ਦੋ ਤਿੰਨ ਚੀਜ਼ਾਂ ਮੇਨ ਹੈਗੀਆਂ। ਪਹਿਲੀ ਗੱਲ ਤਾਂ ਕੋਈ ਵੀ ਰਿਫਾਈਨਡ ਚੀਜ਼ ਨਹੀਂ ਖਾਣੀ। ਰਿਫਾਈਨਡ ਦਾ ਮਤਲਬ ਸਮਝੋ ਜਿਹੜੀ ਫੈਕਟਰੀ ਵਿੱਚੋਂ ਪ੍ਰੋਸੈਸ ਹੋ ਕੇ ਆ ਰਹੀ ਹੈ ਨਾ, ਉਹ ਚੀਜ਼ ਨਹੀਂ ਖਾਣੀ। ਬਿਸਕਿਟਸ, ਨਮਕੀਨ, ਚਿਪਸ, ਕੁਰਕੁਰੇ, ਮੈਗੀ ਸ਼ੈਗੀ, ਨੂਡਲਸ, ਇਹ ਚੀਜ਼ਾਂ ਤੋਂ ਬਚਣਾ ਹੈਗਾ। ਦੂਜੀ ਚੀਜ਼ ਜਿਹੜੀ ਹੈ ਕਿ ਐਨੀਮਲ ਪ੍ਰੋਡਕਟਸ, ਨਾਨ ਵੈਜੀਟੇਰੀਅਨ ਫੂਡ ਜਿਹੜਾ ਹੁੰਦਾ ਨਾ ਬਹੁਤ ਪਚਾਉਣ ਵਾਸਤੇ ਔਖਾ ਹੁੰਦਾ ਹੈ, ਉਹ ਤੁਹਾਨੂੰ ਠੀਕ ਕਰਨ ਵਿੱਚ ਹੈਲਪ ਨਹੀਂ ਕਰੇਗਾ, ਉਸ ਤੋਂ ਬਚਣਾ ਹੈਗਾ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ, ਮਤਲਬ ਜਿਨ੍ਹਾਂ ਦੀ ਬਹੁਤ ਜ਼ਿਆਦਾ ਐਕਸਰਸਾਈਜ਼ ਨਹੀਂ ਹੁੰਦੀ ਡੇਲੇ ਦੀ, ਮਤਲਬ ਜਿਵੇਂ 2-3 ਘੰਟੇ ਭੱਜ ਦੌੜ ਲੱਗੀ ਨਹੀਂ ਰਹਿੰਦੀ ਜਿੱਦੀ, ਉਹਨੂੰ ਜ਼ਿਆਦਾ ਦੁੱਧ, ਦਹੀਂ, ਮੱਖਣ, ਪਨੀਰ ਇਹਨਾਂ ਚੀਜ਼ਾਂ ਤੋਂ ਵੀ ਘੱਟ ਹੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹਨੂੰ ਪਚਾਉਣ ਵਿੱਚ ਵੀ ਸਰੀਰ ਦੀ ਬਹੁਤ ਊਰਜਾ ਲੱਗਦੀ ਹੈਗੀ ਹੈ ਤੇ ਡਾਇਬੀਟੀਜ਼ ਪੇਸ਼ੈਂਟ ਨੂੰ ਇਸ ਟਾਈਮ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਿਹੜੀ ਖਾਣ ਨੂੰ ਸਿੰਪਲ ਤੇ ਲਾਈਟ ਹੁੰਦੀਆਂ ਨੇ। ਸੋ ਇਹ ਦੋ ਪਰਹੇਜ਼ ਤਾਂ ਇਹ ਹੋ ਗਏ। ਤੀਜਾ ਚੀਜ਼ ਪਰ ਜਿਹੜੀ ਜੀ ਹੈਗੀ ਹੈ ਉਹ ਚਾਹ ਕਾਫੀ ਤੋਂ ਅਗਰ ਬਚ ਸਕਦੇ ਹੋ, ਉਸ ਦੀ ਜਗ੍ਹਾ ਦੇਸੀ ਚਾਹ ਲੈ ਸਕਦੇ ਹੋ ਜਿਹਦੇ ਵਿੱਚ ਸਿਰਫ ਪਾਣੀ ਹੋਊਗਾ, ਪਾਣੀ ਦੇ ਨਾਲ ਉਹਦੇ ਵਿੱਚ ਥੋੜਾ ਗੁੜ ਪਾ ਸਕਦੇ ਹੋ ਜਿਹੜਾ ਨੈਚੁਰਲ ਗੁੜ ਹੁੰਦਾ ਹੈ। ਉਸ ਤੋਂ ਇਲਾਵਾ ਉਹਦੇ ਵਿੱਚ ਤੁਸੀਂ ਹਰਬਸ ਪਾ ਸਕਦੇ ਹੋ, ਤੁਲਸੀ ਹੋ ਗਈ, ਜਿਵੇਂ ਅਦਰਕ ਹੋ ਗਈ, ਹੋਰ ਉਹਦੇ ਵਿੱਚ ਦਾਲਚੀਨੀ ਥੋੜੀ ਜਿਹੀ ਹੋ ਗਈ। ਉਹਦੀ ਰੈਸਿਪੀ ਅਸੀਂ ਦੇ ਦਿੰਦੇ ਹਾਂ, ਤੁਸੀਂ ਸਾਡੇ ਤੋਂ ਲੈ ਕੇ ਉਹ ਆਪਣੀ ਦੇਸੀ ਕਾੜਾ ਬਣਾ ਸਕਦੇ ਹੋ, ਉਹ ਪੀਆ ਕਰੋ ਗਰਮ ਚਾਹ ਦੀ ਜਗ੍ਹਾ। ਆਪਾਂ ਪਹਿਲੇ ਦੇਖਿਆ ਡਿਟੌਕਸ ਡਰਿੰਕ ਲੈਣਾ ਹੈ ਸਵੇਰੇ, ਉਸ ਤੋਂ ਬਾਅਦ ਫਰੂਟਸ ਖਾਣੇ ਨੇ, ਇਹ ਸਾਡਾ ਮਾਰਨਿੰਗ ਦਾ ਪਲਾਨ ਹੋ ਗਿਆ, ਰਾਈਟ? ਇਸ ਤੋਂ ਬਾਅਦ ਜਿਹੜਾ ਸਾਡਾ ਲੰਚ ਐਂਡ ਡਿਨਰ ਹੈਗਾ ਉਹ ਸਾਨੂੰ ਆਲਮੋਸਟ ਸਿਮਿਲਰ ਤਰੀਕੇ ਨਾਲ ਕਰਨਾ ਹੈ। ਖਿਆਲ ਰੱਖੋ ਠੀਕ ਹੈ, ਆਪਣੇ ਲੰਚ ਔਰ ਡਿਨਰ ਨੂੰ ਦੋਵਾਂ ਨੂੰ ਦੋ ਪਲੇਟਾਂ ਵਿੱਚ ਕਰਨਾ ਹੈ। ਦੋ ਪਲੇਟਾਂ ਵਿੱਚ, ਇੱਕ ਪਲੇਟ ਵਿੱਚ ਹੋਣਗੀਆਂ 3-4 ਤਰ੍ਹਾਂ ਦੀਆਂ ਕੱਚੀਆਂ ਸਬਜ਼ੀਆਂ, ਯਾਨੀ ਸਲਾਦ ਹੋਊਗਾ, ਜਿਹਦੇ ਵਿੱਚ ਖੀਰਾ, ਟਮਾਟਰ, ਗਾਜਰ, ਮੂਲੀ, ਜੋ ਵੀ ਖੀਰਾ, ਜੋ ਵੀ ਤੁਸੀਂ ਕੱਚੀ ਚੀਜ਼ਾਂ ਖਾ ਸਕਦੇ ਹੋ ਉਹ ਉਸ ਵਿੱਚ ਹੋਣਗੀਆਂ, ਔਰ ਦੂਜੀ ਸਲਾਦ ਹੋਏਗਾ। ਤੇ ਦੂਜੀ ਜਿਹੜੀ ਪਲੇਟ ਹੈਗੀ ਉਹਦੇ ਵਿੱਚ ਹੋਏਗੀ ਨਾਰਮਲ ਦਾਲ, ਰੋਟੀ, ਸਬਜ਼ੀ, ਚਾਵਲ, ਜੋ ਵੀ ਤੁਸੀਂ ਨਾਰਮਲੀ ਖਾਂਦੇ ਹੋ। ਹੁਣ ਧਿਆਨ ਕੀ ਰੱਖਣਾ ਹੈ ਕਿ ਜਿਹੜੀ ਪਹਿਲੀ ਪਲੇਟ ਹੈ ਸਲਾਦ ਵਾਲੀ, ਉਸਦੀ ਕੁਆਂਟਿਟੀ ਨਿਸ਼ਚਿਤ ਹੈ, ਮਤਲਬ ਕਿ ਉਹਦੇ ਵਿੱਚ ਕਿੰਨਾ ਸਲਾਦ ਖਾਣਾ ਹੈ ਉਹ ਤੁਸੀਂ ਮਲਟੀਪਲਾਈ ਕਰਨਾ ਹੈ ਫਾਰਮੂਲੇ ਨਾਲ। ਫਾਰਮੂਲਾ ਕੀ ਹੈ? ਬੋਡੀ ਵੇਟ ਮਲਟੀਪਲਾਈਡ ਬਾਈ 5, ਯਾਨੀ ਅਗਰ ਮੇਰਾ ਵੇਟ ਜਿਹੜਾ ਹੈ 70 ਕਿਲੋ ਹੈ ਤੇ ਮੈਨੂੰ ਕਿੰਨਾ ਸਲਾਦ ਖਾਣਾ ਪਏਗਾ? 70 × 5 ਯਾਨੀ 350 ਗ੍ਰਾਮਸ, 350 ਗ੍ਰਾਮ ਮੈਂ ਸਲਾਦ ਖਾਣਾ ਹੈ, ਉਸ ਤੋਂ ਬਾਅਦ ਮੈਂ ਰੋਟੀ ਸਬਜ਼ੀ ਖਾਣੀ ਸ਼ੁਰੂ ਕਰ ਸਕਦਾ ਹਾਂ। ਇਹ ਸਾਡਾ ਲੰਚ ਐਂਡ ਡਿਨਰ ਦਾ ਫਾਰਮੂਲਾ ਹੈ। ਸੋ ਅਗਰ ਤੁਸੀਂ ਲੰਚ ਕਰਨ ਬੈਠੇ ਹੋ, ਇੱਕ ਪਲੇਟ ਵਿੱਚ ਸਲਾਦ ਲਓ, ਇੱਕ ਵਿੱਚ ਰੋਟੀ ਸਬਜ਼ੀ ਲਓ, ਪਹਿਲਾਂ ਸਲਾਦ ਖਾਓ ਫਿਰ ਰੋਟੀ ਸਬਜ਼ੀ ਖਾਓ, ਔਰ ਇਸ ਤਰ੍ਹਾਂ ਕਰੋਗੇ ਤੇ ਸਾਡੀ ਬੋਡੀ ਵਿੱਚ ਜਿਹੜਾ ਹੈਗਾ ਜਿਹੜਾ ਕੁਕਡ ਫੂਡ ਹੈ ਉਹ ਥੋੜਾ ਘੱਟ ਜਾਏਗਾ, ਕੱਚਾ ਰਸਮ ਜ਼ਿਆਦਾ ਜਾਏਗਾ, ਔਰ ਕੱਚੇ ਫੂਡ ਜਿਹੜੇ ਹੁੰਦੇ ਨੇ ਉਹ ਸਾਨੂੰ ਡਾਇਬੀਟੀਜ਼ ਤੋਂ ਮੁਕਤ ਕਰਨ ਵਿੱਚ ਬੜੀ ਹੈਲਪ ਕਰਦੇ ਨੇ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਨਾਲੇ ਤਾਂ ਮਤਲਬ ਇਹ ਜਿਹੜੇ ਡਾਇਬੀਟੀਜ਼ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਤਾਂ ਇਹ ਲੈਣਾ ਹੀ ਚਾਹੀਦਾ। ਮੈਨੂੰ ਲੱਗਦਾ ਇੱਕ ਆਮ ਇਨਸਾਨ ਹੈ ਉਹਦੀ ਵੀ ਡਾਇਟ ਇਹੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਬਿਮਾਰੀਆਂ ਤੋਂ ਬਚਿਆ ਰਹੇ। ਡਾਇਬੀਟੀਜ਼ ਦੇ ਲਈ ਤੁਸੀਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਲੱਛਣ ਵੀ ਦੱਸੇ ਨੇ ਡਾਇਬੀਟੀਜ਼
हाँ देखो डायबिटीज़ दे पेशेंट्स नू मैं एक गल दसनी चाहता हाँ, डिसीजन तुसी आप लेनी है। मैं तुहानू बस एक इन्फॉर्मेशन दे रहा, मैं इसे ये नहीं कह रहा कि दवाई खाओ नहीं खाओ, इस तरह नहीं कह रहा मैं, क्योंकि ये मेरा काम नहीं है। मेरा काम लोगों नू डाइट एंड न्यूट्रिशन दसन का है, जिस मैं एक्सपर्टाइज हाँ, सो वो मैं दस सकता। जी देखो होंगे की है, तुसी जी अपने आस पास देखो, जिसने भी डायबिटीज की गोली खाधी की, वो गोली खाने तो 3-6 महीने बाद गोली छूट गई, इस तरह नहीं होंगे। गोली खाते 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 3 साल 6 साल 8 साल, फिर कोलेस्ट्रॉल की गोली, फिर बीपी की गोली, फिर थायराइड की गोली, और 10 साल बाद किडनी फेलियर, फिर डायलिसिस दे शुरू हो जाता है, फिर एक बड़ी दर्दनाक मौत हो जाती है। सो एक तो यह रास्ता हैगा। दूसरा रास्ता यह हैगा कि तुसी अजे दवाई खा रहे हो, लेकिन तुसी साडा इंटरव्यू देखिया, खालिस टीवी ते शो देखिया, तुहानू पता लग गया हाँ भी फूड नाल भी, अपने भोजन नाल भी इलाज हो सकता है। ते तुसी की किता, दवाई भी खांदे रहे ते नाल दे नाल अपना जिहड़ा हैगा भोजन भी सुधारना शुरू करता हौली हौली करके। एक टाइम ते एक चीज सुधारी ते देखिया कि आठ एक जी दो महीने भी तुहाडा शुगर लेवल पहला नालों बेटर होने लग पाया। तो जिवें जिवें तुहाडा शुगर लेवल इंप्रूव हो रहा है, शुगर लेवल कंट्रोल हो रहा है, तुसी अपने डॉक्टर कोल जाओ, अपने डॉक्टर नाल गल करो, उन्होंने कहो कि असी डाइट फॉलो कर रहे हैं और डाइट नाल सानू शुगर दी जिहड़ी कंट्रोल है वो बेटर हो रही है। ते हुण सानू इस तरह लग रहा है कि जी सानू शायद हो सकता है कि ये जिहड़ी दवाई है इहदी डोज इन्नी लैण दी लोड़ ना होवे। तुसी एक बार देख के सानू दस दवो कि डोज सानू घटाण दी लोड़ है कि नहीं। फिर अगर तुहाडा डॉक्टर देखेगा कि तुहाडा शुगर लेवल पहला नालों बेटर हो चुकिया है, ते ऑटोमेटिकली तुहानू एडजस्ट करवा देगा मेडिसिन, ते एज अ रिजल्ट धीरे धीरे जी डाइट फॉलो करते करते थोड़ा शुगर बेटर होता जाएगा, दवाइयां छूट दिया जाएंगी और तुसी एक दिन शायद डायबिटीज तो फ्री भी हो जाओ। सो ये एक रास्ता हैगा। जी इहदे विच की जी है, तुसी अपने पैसे डॉक्टरां दे पैसे बचा रहे हो, अपने दवाइयां दा खर्चा बचा रहे हो, साइड इफेक्ट्स बचा रहे हो, लॉन्ग टर्म विच किडनी फेलियर लिवर फेलियर इन चीजों नु बचा रहे हो। एक दूजा रास्ता है। सो मैनू लगता है कि दूजा रास्ता ही बेटर है, बाकी डिसीजन तुसी लेनी है। जी जी बिल्कुल बिल्कुल। सो असीं चाहुंदे हाँ जिन्ने भी जिहड़े साडे दर्शक सानू देख रहे ने कि सारे ओह तंदरुस्त रहिण, अपने आप नू चंगी डाइट दे नाल चंगे भोजन दे नाल तंदरुस्त ओह रखण, ते कोई भी बीमारी उहनां नू ना लगे। ते जिहड़े डायबिटीज दे मरीज ने, ओह जिवें डॉक्टर साहब ने कहा कि असीं बिल्कुल नहीं कहिंदे कि तुसीं दवाई ना लओ, तुसीं दवाई बंद कर दिओ, पर जिहड़ा इह तरीका इहनां ने दस्सिआ कि दवाई दे नाल नाल तुसीं जे इह डाइट भी लैणी शुरू कर दिओगे, फिर हौली हौली तुहानू असर दिखणा शुरू हो जाऊगा, ते इक दिन अजिहा भी आऊगा कि तुहाडी जिहड़ी शुगर दी गोली है वो बिल्कुल ही छुट जाऊगी, बंद हो जाऊगी, ते तुसी तंदरुस्त हो सकदे हो। नहीं तां जे पूरी जिंदगी तुसी वो टैबलेट लैंदे रहोगे तां उस तों बाद अगे होर दी होर बीमारियां तुहानू जकड़ लैणगियां, ते जिवें डॉक्टर साहब ने कहा कि एक दर्दनाक अंत है जिहड़ा वो बंदे दा हो जांदा है इन्हां बीमारियां दे नाल।